ਸਾਰੇ ਹੀ ਦੇਸ਼ ਵਾਸੀਆਂ ਨੂੰ ਸਾਡੀ ਸੰਸਥਾ ਐਕਸ਼ਨ ਅਗੇਂਸਟ ਕਰਪਸ਼ਨ ਵੱਲੋਂ ਦੀਪਾਵਲੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਚਾਈਨਾ ਦਾ ਸਮਾਨ, ਜਿੱਦਾਂ ਸਾਨੂੰ ਪਤਾ ਹੀ ਹੈ ਵੀ ਚੀਨ ਇੱਕ ਬਹੁਤ ਵੱਡੀ ਸਾਜ਼ਿਸ਼ ਰਚ ਰਿਹਾ ਭਾਰਤ ਦੇ ਖਿਲਾਫ਼, ਸੋ ਚਾਈਨਾ ਦਾ ਜਿਹੜਾ ਸਮਾਨ ਆ, ਚਾਹੇ ਪਟਾਕਾ, ਚਾਹੇ ਉਹਨਾਂ ਦੀ ਕੋਈ ਵੀ ਆਈਟਮ ਹੈ, ਉਹਦਾ ਬਹਿਸ਼ਕਾਰ ਕਰੋ, ਪਰ ਆਪਣੇ ਭਾਰਤ ਦੇ ਨਿਰਮਿਤ ਕੋਈ ਸਾਰਾ ਸਮਾਨ ਤੁਸੀਂ ਵਰਤੋ। ਔਰ ਨਾਲ ਦੇ ਨਾਲ ਇੱਕ ਸੇਫ ਦਿਵਾਲੀ, ਜਿਹੜੇ ਆਪਣੇ ਛੋਟੇ ਛੋਟੇ ਬੱਚੇ ਨੇ, ਔਰ ਮੇਰੀ ਪੇਰੈਂਟਸ ਅੱਗੇ ਬੇਨਤੀ ਹੈ ਵੀ ਜਿਹੜੇ ਪਟਾਕੇ ਨੇ ਉਹ ਬਿਲਕੁਲ ਧਿਆਨ ਨਾਲ ਸੇਫ ਤਰੀਕੇ ਨਾਲ ਚਲਾਏ ਜਾਣ। ਇਹੀ ਕਹਿੰਦਾ ਹੈ ਇੱਕ ਵਾਰ ਫਿਰ ਤੋਂ ਸਾਰੇ ਦਰਸ਼ਕਾਂ ਨੂੰ, ਸਾਰੇ ਦੇਸ਼ ਵਾਸੀਆਂ ਨੂੰ ਦੀਪਾਵਲੀ ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ। ਜੈ ਹਿੰਦ, ਜੈ ਭਾਰਤ। ਮੈਂ ਰਮੇਸ਼ ਗੁਪਤਾ, KKK ਫੋਰਜਿੰਗ ਜਸਪਾਲ ਬਾਂਗਰ ਦਾ ਮਾਲਕ ਹੈ, ਔਰ ਮੈਂ 1963 ਤੋਂ ਇੰਡਸਟਰੀ ਦੇ ਵਿੱਚ ਹੈ, ਔਰ ਲੁਧਿਆਣਾ ਦਾ ਵਸ਼ਿੰਦਾ ਹੈ, ਲੁਧਿਆਣੇ 'ਚ ਹੀ ਪੈਦਾ ਹੋਇਆ। ਮੈਂ ਲੁਧਿਆਣਾ ਦੀ ਇੰਡਸਟਰੀ ਵੱਲੋਂ ਔਰ ਆਪਣੇ ਪਰਿਵਾਰ ਵੱਲੋਂ ਔਰ ਆਪਣੇ ਤੌਰ 'ਤੇ ਦੀਵਾਲੀ ਦੀ, ਵਿਸ਼ਕਰਮਾ ਡੇ ਦੀ ਔਰ ਗੁਰਪੁਰਬ ਦੀ ਸਭ ਨੂੰ ਲੱਖ ਲੱਖ ਵਧਾਈ ਦੇਣਾ ਚਾਹੁੰਦਾ ਹੈ। ਔਰ ਮੈਂ ਇਹ ਵੀ ਰਿਕੁਐਸਟ ਕਰਨਾ ਚਾਹੁੰਦਾ ਹੈ ਕਿ ਚਾਈਨਾ ਤੋਂ ਇੰਪੋਰਟ ਹੋਇਆ ਸਮਾਨ ਕੋਈ ਵੀ ਇੰਡਸਟਰੀ ਵਾਲਾ ਯੂਜ਼ ਨਾ ਕਰੇ, ਕਿਉਂਕਿ ਚਾਈਨਾ ਨੇ ਸਾਡਾ ਸਾਥ ਨਹੀਂ ਦਿੱਤਾ, ਪਾਕਿਸਤਾਨ ਦੇ ਨਾਲ ਸਾਥ ਦੇ ਰਿਹਾ। ਔਰ ਦੀਵਾਰੀ ਬਣਾਉਣ ਦਾ ਕਈ ਤਰੀਕੇ ਹੈ, ਪਟਾਕੇ ਜਿਹੜੇ ਹੈ ਇੱਕ ਤਾਂ ਖਤਰਨਾਕ ਹੈਗੇ ਹੈ, ਔਰ ਦੂਸਰਾ ਪ੍ਰਦੂਸ਼ਣ ਬੜਾ ਫੈਲਾਉਂਦੇ ਹੈ। ਇਸ ਕਰਕੇ ਇਹ ਪਟਾਕਿਆਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ, ਹੋਰ ਆਪਾਂ ਖੁਸ਼ੀਆਂ ਬੜੇ ਤਰੀਕੇ ਨਾਲ ਮਨਾ ਸਕਦੇ ਹਾਂ। ਮੈਂ ਰਮੇਸ਼ ਕੱਕੜ, ਡਿਸਟ੍ਰਿਕਟ ਅਕਾਲੀ ਦਲ ਇੰਡਸਟਰੀ ਵਿੰਗ ਅਤੇ ਮਾਡਰਨ ਇੰਟਰਪ੍ਰਾਈਜ਼ ਦੇ ਲੁਧਿਆਣਾ ਦੇ ਵਿੱਚ ਮੇਰੀ ਫਰਮ ਹੈ, ਜਿਸ ਦੇ ਵਿੱਚ ਮੈਂ ਕਰੀਬ 20 ਸਾਲ ਤੋਂ ਕੰਮ ਕਰ ਰਿਹਾ, ਆਪਣੀ ਮੇਰੀ ਫੈਕਟਰੀ ਮਾਲਕ ਹਾਂ। ਔਰ ਮੇਰੀ ਸਭ ਨੂੰ ਬੇਨਤੀ ਹੈ ਕਿ ਇਸ ਵਾਰ ਜੋ ਦੀਵਾਲੀ ਆ ਰਹੀ ਹੈ, ਸਭ ਦੇਸ਼ ਵਾਸੀਆਂ ਨੂੰ ਕਿ ਦੀਵਾਲੀ ਦੇ ਉੱਤੇ ਆਪਾਂ ਨੂੰ ਅਸਤਬਾਜ਼ੀ ਚਲਾ ਕੇ ਪੋਲਿਊਸ਼ਨ ਫੈਲਾਉਣ ਦੀ ਬਜਾਏ ਔਰ ਚਾਈਨਾ ਦੀ ਅਸਤਬਾਜ਼ੀ ਲਿਆ ਕੇ ਚਲਾਉਣ ਨਾਲ, ਇੱਕ ਤਾਂ ਜੋ ਚਾਈਨਾ ਦਾ ਹਰਕਤਾਂ ਨੇ ਸਾਡੇ ਦੇਸ਼ ਦੇ ਲਈ ਬਹੁਤ ਖਤਰਨਾਕ, ਉਹ ਪਾਕਿਸਤਾਨ ਦਾ ਸਾਥ ਦੇ ਰਹੇ ਆ, ਇਸ ਕਰਕੇ ਬਾਈਕਾਟ ਕਰਨਾ ਕਿ ਆਪਾਂ ਚਾਈਨਾ ਦੀ ਕੋਈ ਵੀ ਲੜੀ, ਕੋਈ ਵੀ ਲਾਈਟਿੰਗ, ਕੋਈ ਅਸਤਬਾਜ਼ੀ ਨਹੀਂ ਖਰੀਦਣੀ। ਇਸ ਕਰਕੇ ਮੈਂ ਸਾਰੇ ਦੇਸ਼ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਤਹਿ ਦਿਲੋਂ ਲੱਖ ਲੱਖ ਵਧਾਈ ਦੀਵਾਲੀ ਦੀ, ਵਿਸ਼ਕਰਮਾ ਜੀ ਦੀ ਔਰ ਗੁਰਪੁਰਬ ਗੁਰੂ ਨਾਨਕ ਦੇਵ ਜੀ ਦੀ ਬਹੁਤ ਬਹੁਤ ਵਧਾਈ ਦਿੰਦਾ। ਮੇਰੀ ਇਹੀ ਬੇਨਤੀ ਹੈ ਕਿ ਪੰਜਾਬ ਵਾਸੀ, ਲੁਧਿਆਣਾ ਵਾਸੀ ਇਹਦੇ 'ਤੇ ਖੁਸ਼ੀਆਂ ਮਨਾਓ, ਪਰ ਅਸਤਬਾਜ਼ੀ ਦਾ ਨਾ ਚਲਾਓ, ਤਾਂ ਮੇਰੀ ਇਹੀ ਅਪੀਲ ਹੈ।